ਥੋੜਾ ਜਿਹਾ ਗੱਡੀ ਦਾ ਨੁਕਸਾਨ ਹੋ ਗਿਆ। ਗਰਮਾ ਗਰਮ ਪੂੜੀ ਖਾਵਾਂਗੇ ਅੱਜ। ਇੱਥੇ ਭਾਲੂ ਹਣੇ 5-6 ਵਾਰੀ ਅਟੈਕ ਕੀਤਾ ਹੋਇਆ। ਆਹ ਕਹਿ ਨਾ ਬੰਦੇ, ਬਾਰਿਸ਼ ਸਟਾਰਟ ਹੋ ਗਈ ਹੈ ਜੀ ਕਣੀਆਂ। ਗੁੱਡ ਮਾਰਨਿੰਗ ਗਾਇਸ, ਕੀ ਹਾਲ ਚਾਲ, ਠੀਕ ਠਾਕ ਹੋ ਸਾਰੇ? ਟਾਈਮ ਹੋ ਗਿਆ ਜੀ ਸਵੇਰ ਦੇ 8:30। ਵੈਸੇ ਸਾਡਾ ਪਲੈਨ ਸੀ 6 ਵਜੇ ਉੱਠਣ ਦਾ, ਸਨਰਾਈਜ਼ ਦੇਖਣ ਦਾ, ਪਰ ਯਾਰ ਕੀ ਦੱਸੀ ਰਹਿਣ 'ਚ ਆਪਾਂ ਰਾਤੀ 10 ਵਜੇ ਡਿਨਰ ਕਰਕੇ ਜਾ ਕੇ ਲੰਮੇ ਪੈ ਗਏ, ਪਰ ਨੀਂਦ ਸਾਨੂੰ 1-2 ਵਜੇ ਆਈ, ਤਾਂ ਕਰਕੇ ਫਿਰ ਅਸੀਂ ਲੇਟ ਉੱਠੇ ਆਰਾਮ ਨਾਲ। ਮੈਂ ਕਿਹਾ ਚਲੋ ਕੋਈ ਚੱਕਰ ਨਹੀਂ, ਪਰ ਹੁਣ ਵੀ ਮੌਸਮ ਇੰਨਾ ਕੁ ਸਾਫ਼ ਹੋਇਆ ਪਿਆ, ਧੁੱਪ ਚੜ ਚੁੱਕੀ ਆ ਅਤੇ ਇੱਧਰ ਹਵਾ ਵੀ ਥੋੜ੍ਹੀ ਥੋੜ੍ਹੀ ਚੱਲ ਰਹੀ ਆ। ਅਤੇ ਯਾਰ ਹੁਣ ਨੇ ਸਭ ਤੋਂ ਪਹਿਲਾਂ ਉੱਠ ਕੇ ਪਰਨਾ ਬੰਨਿਆ ਵਾ, ਨਾ ਹੀ ਹਲੇ ਬ੍ਰਸ਼ ਕੀਤਾ, ਅੱਜ ਲਾਈਫ 'ਚ ਪਹਿਲੀ ਵਾਰੀ ਇਸ ਛੋਟੇ ਜਿਹੇ ਸ਼ੀਸ਼ੇ 'ਚ ਪਰਨਾ ਬੰਨਿਆ। ਚਲੋ ਵਧੀਆ ਬੱਜ ਗਿਆ, ਡਨ। ਹੁਣ ਆਪਾਂ ਬ੍ਰਸ਼ ਕਰਨਾ ਵਾ ਅਤੇ 1-2 ਨੰਬਰ ਹੋ ਗਿਆ ਹੋਣਾ, ਕਿਉਂਕਿ ਇੱਥੇ ਤਾਂ ਯਾਰ ਆਪਾਂ ਨੂੰ ਓਪਨ 'ਚ ਜਾਣਾ ਪੈਣਾ। ਇੱਥੇ ਗਰਲਸ ਲਈ ਵਾਸ਼ਰੂਮ ਬਣੇ ਹੁੰਦੇ ਆ, ਸੋ ਗਰਲਸ ਨੂੰ ਕੋਈ ਇਸ਼ੂ ਨਹੀਂ ਹੁੰਦਾ, ਪਰ ਬੋਇਸ ਨੂੰ ਇੱਦਾਂ ਹੀ, ਉਹ ਪਹਾੜ ਦੇ ਬੈਕ ਸਾਈਡ। ਪਰ ਮੈਨੂੰ 1 ਨੰਬਰ ਹੀ ਆਇਆ ਵਾ, 2 ਨੰਬਰ ਕੰਟਰੋਲ ਕਰ ਲਿਆ ਮੈਂ। ਅਤੇ ਹੁਣ ਪਹਿਲਾਂ ਬ੍ਰਸ਼ ਕਰੀਏ। ਕੀ ਵੀ ਰਿਹਾ? ਪਰ ਹਰਮਨ ਸਵੇਰੇ ਸਵੇਰੇ ਜਾ ਕੇ 2 ਨੰਬਰ ਕਰ ਆਇਆ। ਕਿਵੇਂ ਰਿਹਾ ਤੇਰਾ ਐਕਸਪੀਰੀਅੰਸ? ਬਹੁਤ ਵਧੀਆ, ਖੁੱਲ੍ਹਾ ਖੁੱਲ੍ਹਾ ਫੀਲ ਹੋ ਰਿਹਾ, ਖੁੱਲ੍ਹਾ ਖੁੱਲ੍ਹਾ। ਇਹ ਸਾਡਾ ਟੈਂਟ ਸੀ ਜੀ, ਜੇ ਤਾਂ ਅਸੀਂ ਰਾਤ ਬਿਤਾਈ ਆ, ਕਾਫੀ ਮਜ਼ਾ ਆਇਆ। ਸੋ ਇੱਥੇ ਇੱਕ ਹੋਰ ਟੈਂਟ ਲੱਗਾ ਸੀ, ਸਾਡੇ ਸਾਥੀ ਉਹ ਚੱਲ ਚੁੱਕੇ ਨੇ ਥੱਲੇ, ਉਹ ਤਾਂ 6-7 ਵਜੇ ਉੱਠ ਕੇ ਹੀ ਆਰਾਮ ਨਾਲ ਚਲੇ ਗਏ, ਸਾਨੂੰ ਕੋਈ ਕਾਲੀ ਨਹੀਂ। ਆਪਾਂ ਆਰਾਮ ਨਾਲ ਪੂੜੀਆਂ ਛੂੜੀਆਂ ਖਾ ਕੇ ਜਾਵਾਂਗੇ ਗਰਮਾ ਗਰਮ। ਅਤੇ ਉੱਧਰ ਸਾਡੇ ਕੱਪੜੇ ਵੀ ਸੌਗੇ ਨੇ, ਆਲਮੋਸਟ ਸੌਗੇ ਨਾ, ਨਿੱਕਰ ਨਿੱਕਰ ਸੌਗੀ, ਕਿਉਂਕਿ ਜਿੱਥੇ ਪਿਛਲਾ ਵੱਲੋਂ ਨਹੀਂ ਦੇਖਿਆ ਜਾ ਕੇ ਦੇਖਿਓ, ਮੀਂਹ ਦੇ ਵਿੱਚ ਭਿੱਜ ਕੇ ਆਏ ਹਾਂ। ਸ਼ੂਜ਼ ਸਾਡੇ ਹਾਲੇ ਤੱਕ ਗੰਦੇ ਆ, ਗੰਦੇ ਵੀ ਅਤੇ ਗਿੱਲੇ ਵੀ ਆ। ਚਲੋ ਜੀ, ਹੁਣ ਰੋਮੀ ਤੂੰ ਵੀ ਪਰਨਾ ਬੰਨਾ ਵਾ, ਬੰਨੋ ਫਿਰ, ਫਿਰ ਬ੍ਰੇਕਫਾਸਟ ਕਰਦੇ ਹਾਂ। ਹਾਂ ਸਾਫ਼ ਆ ਨਾ, ਚੰਗੀ ਤਰ੍ਹਾਂ ਧੋਤੇ ਨਾ। ਪਰ ਕੈਂਪਿੰਗ ਕਰਕੇ ਯਾਰ ਮਜ਼ਾ ਆ ਗਿਆ। ਹਾਂ ਦੇਖਿਓ ਕੀ ਹਾਲ ਆ, ਚਾਹ ਸਾਡੀ ਵੇਲੋ ਉੱਦਾਂ ਦੀ ਉੱਦਾਂ ਹੀ ਪਈ ਰਹਿ ਗਈ। 6:30 ਵਜੇ ਆ ਕੇ ਇਹਨਾਂ ਨੇ ਚਾਹ ਦਿੱਤੀ ਸਾਨੂੰ, ਮੈਂ ਤਾਂ ਰੋਬੀ ਨੇ ਪੀਤੀ ਨਹੀਂ, ਹਰਮਨ ਨੇ ਪੀ ਲਈ ਸੀ। ਹੁਣ ਇੱਕ ਥੰਬਨੇਲ ਖਿੱਚੀ, ਵਧੀਆ ਥੰਬਨੇਲ ਖਿੱਚ ਦਿਓ ਪਿੱਛੇ ਆ ਕੇ। ਅਤੇ ਹੁਣ ਸਭ ਤੋਂ ਪਹਿਲਾਂ ਬ੍ਰੇਕਫਾਸਟ ਕਰੀਏ, ਕਿਉਂਕਿ ਪੂੜੀਆਂ ਗਰਮ ਗਰਮ ਬਣ ਰਹੀਆਂ ਨੇ, ਆਲੂ ਪੂੜੀ ਖਾਵਾਂਗੇ। ਮੰਨਣਾ ਛੇਤੀ ਭਰਨਾ। ਬਾਈ ਬਣਾ ਦੀ ਪੂੜੀਆਂ? ਓਹੋ ਕਰਨ ਬਾਈ ਫਿਰ ਸੇ ਆਪਣੇ ਹੱਥ ਕੋ ਜ਼ਿਆਦਾ ਦਿਖਾਤੇ ਹੋਏ, ਗਰਮਾ ਗਰਮ ਪੂੜੀ ਖਾਵਾਂਗੇ ਅੱਜ। ਸਵਾਦ ਆ ਯਾਰ, ਮਜ਼ੇਦਾਰ। ਡੋਰ ਬੰਨ ਕੇ ਵਧਾ ਦਈਏ ਨਾ, ਇੱਕ ਮਿੰਟ ਆ ਦੇਖੀ। ਅਤੇ ਹੁਣ ਆਪਾਂ ਇੱਥੋਂ ਵਾਪਸ ਥੱਲੇ ਜਾ ਰਹੇ ਜੀ। ਇੱਥੋਂ ਜਿਹੜਾ ਤ੍ਰਿਹੁਣ ਦਾ ਟਰੈਕ ਸੀ ਉਹ 1 ਕਿਲੋਮੀਟਰ ਸੀ, ਸੋ ਆਪਾਂ ਇੱਥੋਂ ਹੀ ਹੁਣ ਵਾਪਸ ਚੱਲੇ ਹਾਂ ਯਾਰ, ਕਿਉਂਕਿ ਸਾਨੂੰ ਥੱਲੇ ਜਾਣ 'ਤੇ ਵੀ ਹਲੇ 2-2.5 ਘੰਟੇ ਲੱਗ ਹੀ ਜਾਣੇ, ਆਰਾਮ ਆਰਾਮ ਨਾਲ ਜਾਵਾਂਗੇ। ਸ਼ੁਕਰ ਆ ਕਿ ਧੁੱਪ ਚੜ੍ਹ ਗਈ, ਕਿਉਂਕਿ ਜਿਹੜੀ ਆ ਰਸਤਾ ਵਾ ਉਹ ਸਲਿਪਰੀ ਨਹੀਂ ਹੋਊਗਾ, ਥੋੜ੍ਹਾ ਜਿਹਾ ਸੌਕ ਗਿਆ ਹੋਊਗਾ।
ਕਿ ਕੱਲ ਮੀਂਹ ਬਹੁਤ ਜ਼ਬਰਦਸਤ ਪਿਆ ਹੈ ਹੁਣ ਬਸ ਚੱਲੀ ਵਾਪਸ ਬਾਕੀ ਮਜ਼ਾ ਆ ਗਿਆ ਯਾਰ ਇੱਥੇ ਹਰਮਨ 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 ਸਲਾਈਡ ਓ ਯਾਰ ਕੱਲ ਰਾਤੀ ਹਰਮਨ ਇੱਥੇ ਡਿੱਗਾ ਸੀ ਯਾਰ ਅੱਧ ਆ ਸਲਾਈਡ ਚਲੋ ਬਾਕੀ ਇੱਥੇ ਯਾਰ ਰੋਟੀ ਓ ਬੇਸ਼ਰਮਾ ਇਹਨੂੰ ਫੜ ਅਸ਼ਾ ਪਾਣੀ ਦੀ ਬੋਤਲ ਬਹੁਤ ਭਾਰ ਲੱਗੇ ਨੇ ਇਹਦੇ ਨਾਲ ਨਾ ਅੱਧੀ ਪਾਣੀ ਦਾ ਬੈਗ ਚੁੱਕ ਲੈ ਫੜ ਲੈ ਇੱਥੇ ਰੋਟੀ ਨਹੀਂ ਕਿ ਸਵਾਦ ਮਿਲੀ ਨਾ ਯਾਰ ਰੋਟੀ ਕਰਕੇ ਮਜ਼ਾ ਆ ਗਿਆ ਯਾਰ ਰਸਤਾ ਕਿੰਨਾ ਡੇਂਜਰ ਹੈ ਯਾਰ ਉਹ ਦੇਖ ਲਓ ਉਹ ਉਧਰੋਂ ਜਾਣਾ ਇਧਰੋਂ ਰਸਤਾ ਠੀਕ ਹੈ ਮਤਲਬ ਜਾ ਸਕਦੇ ਹਨ ਹਾਂਜੀ ਡੰਡੇ ਸੇ ਬਿਨਾ ਹਾਂ ਹਾਂ ਬਿਲਕੁਲ ਸਹੀ ਠੀਕ ਹੈ ਅੱਛਾ ਦੇਖ ਕੇ ਜਾਓ ਇੱਥੇ ਜੈ ਨਾਗ ਚਲੋ ਜੀ ਵਾਹਿਗੁਰੂ ਇਕੱਠੇ ਰਹੋ ਠੀਕ ਹੈ ਅੱਗੇ ਪਿੱਛੇ ਨਾ ਹੋਇਓ ਦੂਸਰੇ ਰਸਤਾ ਹੈ ਜੋ ਮਤਲਬ ਉਧਰ ਵੀ ਇੱਕ ਰਸਤਾ ਹੁੰਦਾ ਉਹ ਥੋੜਾ ਆਸਾਨ ਹੈ ਇਹ ਥੋੜਾ ਦੇ ਕਿਨੇ ਫੈਮਲੀ ਨਾਲ ਨਾ ਫਿਰ ਉਧਰੋਂ ਆ ਹਾਂ ਆ ਦੇਖ ਲਓ ਕਿੰਨਾ ਖਤਰਨਾਕ ਜੇ ਕਿਸੇ ਨੇ ਜ਼ਿਆਦਾ ਯਾਰਾਂ ਨਾ ਹੋਣਾ ਜੇ ਕਿਸੇ ਨੇ ਖੁਚਰਾ ਖੁਚਰਾ ਨਾ ਹੋਣਾ ਖਤਰਾ ਖਤਰਾ ਘੋੜੇ ਦਾ ਕੱਚਰ ਨੂੰ ਹੀ ਬੈਗ ਚ ਕਾਇਆ ਸਾਡੇ ਕੱਚਰ ਹੀ ਲੈ ਖੜਾ ਇਹਨਾਂ ਨੂੰ ਉਹ ਉੱਪਰੋਂ ਇੱਧਰ ਥੱਲੇ ਆ ਵੀ ਗਏ ਆ 10 ਮਿੰਟ ਲੱਗੇ ਹੋਣੇ ਆ ਤੇ ਜਦੋਂ ਆਪਾਂ ਉੱਪਰ ਚੜੇ ਸੀ ਉਦੋਂ ਸਾਨੂੰ ਅੱਧਾ ਘੰਟਾ ਲੱਗ ਗਿਆ ਸੀ ਮਤਲਬ ਕਿ ਥੱਲੇ ਉਤਰਨਾ ਆਸਾਨ ਆ ਨਾਲ ਟਾਈਮ ਵੀ ਘੱਟ ਲੱਗਦਾ ਪਰ ਰਿਸਕੀ ਵੀ ਆ ਬੜੇ ਧਿਆਨ ਨਾਲ ਉਤਰਨਾ ਪੈਂਦਾ ਜਿੱਥੇ ਪੈਰ ਸਲਿੱਪ ਕੀਤਾ ਉੱਥੇ ਹੀ ਸੱਟ ਲੱਗ ਸਕਦੀ ਆ ਸੋ ਬੜੇ ਆਰਾਮ ਨਾਲ ਉਤਰਨਾ ਪੈਂਦਾ ਇੱਥੇ ਬਾਰਿਸ਼ ਸਟਾਰਟ ਹੋਈ ਤਾਂ ਆਪਾਂ ਇਹਦੇ ਥੱਲੇ ਲੁਕੇ ਸੀ ਇੱਧਰ ਇਹ ਇੱਥੇ ਆ ਦੇਖ ਲਓ ਕਿੰਨੀ ਕੁ ਜਗ੍ਹਾ ਵਾ ਇੱਥੇ 3 ਜਾਣੇ ਸੀ ਆਪਾਂ ਇਹਨੇ ਸਾਨੂੰ ਮੀਂਹ ਤੋਂ ਬਚਾਇਆ ਸੀ ਕੱਲ ਬਕਸੂ ਇੱਧਰ ਜਾਣਾ ਆਪਾਂ ਇੱਥੋਂ ਵਿਊ ਦੇਖੋ ਯਾਰ ਸਾਡਾ ਕੈਂਪ ਹੀ ਉੱਪਰ ਉੱਥੇ ਨਾ ਸਿਲੰਡਰ ਕਰੇ ਪਏ ਹੋਏ ਸੀ ਅਤੇ ਅਸੀਂ ਕਨਫਿਊਜ਼ ਸੀ ਯਾਰ ਕਿ ਥੱਲੇ ਸਿਲੰਡਰ ਕਿਵੇਂ ਚੁੱਕ ਕੇ ਲੈਂਦੇ ਹੋਣਗੇ ਪਰ ਬਾਈ ਉਹਨਾਂ ਨੇ ਦੱਸਿਆ ਕਿ ਇੱਧਰੋਂ ਸਾਰੇ ਖੱਚਰ ਆਉਂਦੇ ਆ ਖੱਚਰਾਂ 'ਤੇ ਲੱਦ ਕੇ ਆ ਦੇਖੋ ਸਾਰਾ ਸਮਾਨ ਉੱਪਰ ਜਾਂਦਾ ਵਾ ਰਾਸ਼ਨ ਸਿਲੰਡਰ ਜੋ ਵੀ ਸਮਾਨ ਆ ਦੇਖੋ ਚੌਲ ਵਗੈਰਾ ਸਭ ਕੁਛ ਨਾਲ ਨਾਲ ਬੰਦਾ ਤੁਰਿਆ ਜਾਂਦਾ ਉਹ ਦੇਖੋ ਰੋਬਿਨ ਰੋਬਿਨ ਕਿੱਧਰ ਜਾ ਰਹੇ ਹੋ ਮੇਰੇ ਤਾਂ ਪੂਰਿਆ ਕੰਮ ਬਣ ਗਿਆ ਕੰਮ ਬਣ ਗਿਆ ਤੇ ਨਾ ਨਹੀਂ ਖਲੋਤਾ ਜਾਣ ਪੈਰਾਂ ਦੀ ਬਸ ਹੋਈ ਹੁਣ ਇੱਥੇ ਬੈਠਦੇ ਹਾਂ 15 ਮਿੰਟ ਸ਼ੂਜ਼ ਪਾ ਦਿਓ ਯਾਰ ਪਰ ਮਜ਼ਾ ਆ ਰਿਹਾ ਫੁੱਲ ਐਡਵੈਂਚਰ ਹੋ ਰਿਹਾ ਬੋਲੇ ਵਨ ਟਾਈਮ ਫੋਨ ਮੈਂ ਵੀ ਥੈਂਕ ਯੂ ਯਾਰ ਲਾਈਕ ਕਰ ਦੇ ਓ ਚੱਲ ਇੱਕ ਵਾਰੀ ਹੋਰ ਇਹ ਨਹੀਂ ਹੋਣਾ ਹੁਣ ਨਾ ਬੰਦੇ ਕਿੱਥੇ ਕੀ ਬੇ ਕਾਲੀ ਬੋਨ ਹੱਡੀ ਕਿਹਦੀ ਆ ਮੇਰੀ ਜੰਗਲ ਕੈਫੇ ਲੱਗੇ ਪਹੁੰਚ ਚੁੱਕੇ ਆ ਜੀ ਇੱਥੇ ਬਰਡਸ ਦੀ ਕਿੰਨੀ ਸੋਹਣੀ ਆਵਾਜ਼ ਆ ਰਹੀ ਆ ਦੇਖਿਓ ਨੇ ਕਿੰਨੀ ਸ਼ਾਂਤੀ ਹੈ ਯਾਰ ਇੱਥੇ ਆਹੋ ਬਾਈ ਇੱਥੇ ਭਾਲੂਆਂ ਨੇ 5-6 ਵਾਰੀ ਅਟੈਕ ਕੀਤਾ ਹੋਇਆ ਆਹ ਕੈਫੇ ਤੇ ਜੰਗਲ ਕੈਫੇ ਤੇ ਯਾਰ ਬਰਡ ਦੀ ਆਵਾਜ਼ ਕਿੰਨੀ ਸੋਹਣੀ ਆ ਜੰਗਲ ਕੈਫੇ ਤੋਂ ਸ਼ਿਵਾ ਕੈਫੇ 15 ਮਿੰਟ ਦਾ ਰਸਤਾ ਰਹਿ ਗਿਆ ਉਹ ਸਾਹਮਣੇ ਆ ਜੀ ਸ਼ਿਵਾ ਕੈਫੇ ਆਲਮੋਸਟ ਆ ਹੀ ਗਏ ਯਾਰ ਇਹਦਾ ਪਤਾ ਵੀ ਨਹੀਂ ਲੱਗਾ ਆਹ 10 ਵਜੇ ਤੁਰੇ ਸੀ 11:15 ਹੋਏ ਹਲੇ ਹੁਣੇ ਮੈਂ ਟਾਈਮ ਦੇਖਿਆ 1.25 ਘੰਟੇ ਜੀ ਸਾਨੂੰ ਗਾਈਡ ਸਾਹਿਬ ਕਹਿੰਦੇ ਸੀ ਕਿ 2 ਘੰਟੇ ਲੱਗਣੇ ਪਰ 1.25 ਘੰਟੇ ਜੀ ਆ ਗਏ ਦੇਖੋ 1.25 ਘੰਟੇ ਆ ਗਏ ਹਾਂ 10 ਵਜੇ ਤੁਰੇ ਸੀ ਨਾ 11:15 ਹੋਏ ਆ ਆਹ ਵੇਖਿਓ ਹੁਣ ਜਿਗਰਾ ਵੇਖਿਓ ਹੁਣ ਤੁਸੀਂ ਠੰਡੇ ਪਾਣੀ ਦੇ ਪਰ ਮਜ਼ਾ ਯਾਰ
बड़ा ठंडा पानी यार वो बंदर चढ़ गया जो देखियो ते पानी जी है मामा ये थेरेपी होगी नहा के हूं आप वापस चलने अपने होटल तो होटल का समान चकी है कार चकी तो वापसी अमृतसर वाल दी डोगी केयर किने की उठा ਹੌਲ ਜਰਾ ਕਿਊਟ ਆ ਇਹਨੇ ਮਰਜ਼ਾ ਲੋ ਤੇ ਹੁਣ ਹੋਟਲ ਚੈੱਕ ਆਊਟ ਕਰਕੇ ਤੇ ਨਿਕਲ ਚੁੱਕੇ ਜੀ ਵਾਪਸ ਅੰਮ੍ਰਿਤਸਰ ਵੱਲ ਨੂੰ ਖਰਚਾ ਪੈ ਗਿਆ ਮੌਸਮ ਵਧੀਆ ਪਰ ਸਾਨੂੰ ਹਾਫ ਡੇ ਦਾ ਰੈਂਟ ਪੈ ਗਿਆ ਕਿਉਂਕਿ ਅਸੀਂ 1 ਵਜੇ ਜਾ ਕੇ ਚੈੱਕ ਆਊਟ ਕੀਤਾ ਚੈੱਕ ਟਾਈਮ ਸੀ 12 ਵਜੇ ਦਾ ਫਿਰ ਉਹ ਕਹਿੰਦੇ ਸਾਨੂੰ ਪੂਰਾ ਰੈਂਟ ਪੇ ਕਰਨਾ ਪੈਣਾ ਪਰ ਰਹਿਣਾ ਨਹੀਂ ਇੱਥੇ ਤਾਂ ਕਰਕੇ ਫਿਰ ਅੱਧਾ ਰੈਂਟ ਪੇ ਕਰਕੇ ਖੜਾ ਛੜਾ ਕੇ ਆਏ ਆ ਤੇ ਟਰੈਕਿੰਗ ਬਹੁਤ ਹੀ ਵਧੀਆ ਰਹੀ ਯਾਰ 3 ਜਾਣੇ ਦਾ 2400 ਲੱਗਾ ਮਤਲਬ 800 ਈਚ ਪਰ ਟੋਟਲੀ ਵਰਥੀ ਉਹਦੇ ਵਿੱਚ 2 ਟਾਈਮ ਦੀ ਚਾਹ ਹੀ ਨਾਲ ਬਿਸਕਿਟ ਹੁੰਦੇ ਆ ਤੇ ਰਾਤ ਨੂੰ ਡਿਨਰ ਹੁੰਦਾ ਵਾ ਤੇ ਸਵੇਰੇ ਮਾਰਨਿੰਗ ਡਿਨਰ ਤੇ ਅੱਡਾ ਬ੍ਰੇਕਫਾਸਟ ਨਾ ਯਾਰ ਇਹਦਾ ਸਹੀ ਗੱਲ ਹੈ ਬ੍ਰੇਕਫਾਸਟ ਚ ਪੂੜੀਆਂ ਆਲੂ ਐਦਾਂ ਸਮਥਿੰਗ ਕੁਝ ਹੁੰਦਾ ਵਾ ਐਦਾਂ ਪੂੜੀਆਂ ਆਲੂ ਪੂੜੀਆਂ ਜਾਂ ਪੂੜੀਆਂ ਛੋਲੇ ਐਦਾਂ ਕੁਝ ਹੁੰਦਾ ਵਾ ਪਰ ਮਜ਼ੇਦਾਰ ਡਿਨਰ ਇੰਨਾ ਕੁ ਵਧੀਆ ਸੀ ਪਨੀਰ ਦਾਲ ਚਿਕਨ ਚੌਲ ਰਾਈਸ ਤੇ ਬ੍ਰੇਕਫਾਸਟ ਪੂੜੀਆਂ ਆਲੂ ਮਜ਼ੇਦਾਰ ਮਤਲਬ ਕਿ ਟੋਟਲੀ 800 ਰੁਪਿਆ ਟੋਟਲੀ ਵਰਥੀ ਮਜ਼ਾ ਆ ਗਿਆ ਟ੍ਰੈਕਿੰਗ ਕਰਕੇ ਹੁਣ ਆਪਾਂ ਬਸ ਟ੍ਰੈਫਿਕ 'ਚ ਰੁਕੇ ਹਾਂ ਹੁਣ ਪਹਿਲਾਂ ਉਧਰੋਂ ਗੱਡੀਆਂ ਆਉਣਗੀਆਂ ਸਾਰੀਆਂ ਫਿਰ ਅੱਗੇ ਉਹ ਬੰਦ ਕਰਨਗੇ ਫਿਰ ਇੱਧਰੋਂ ਸਾਰੀਆਂ ਗੱਡੀਆਂ ਜਾਣਗੀਆਂ ਪਿੱਛੇ ਵੀ ਲਾਈਨ ਦੇਖ ਕਿੰਨੀ ਲੱਗੀ ਆਹ ਦੇਖ ਆਹ ਦੇਖ ਗੱਡੀ ਵੀ ਕਿੰਨੀ ਗੰਦੀ ਹੋਈ ਇਹਨੇ ਧੋਣਾ ਵਾ ਇਹ ਤਾਂ ਹੋਟਲ ਦੇ ਬਾਹਰ ਲੱਗੀ ਰਹੀ 2 ਦਿਨ ਪਠਾਨਕੋਟ ਇੱਥੋਂ ਰਹਿ ਗਏ ਜੀ ਆਲਮੋਸਟ 30-35 ਕਿਲੋਮੀਟਰ ਦੂਰ ਅਤੇ ਬਾਰਿਸ਼ ਸਟਾਰਟ ਹੋ ਗਈ ਹੈ ਜੀ ਕਣੀਆਂ ਮੌਸਮ ਦੇਖੋ ਕਿੰਨਾ ਸੋਹਣਾ ਹੋਇਆ ਯਾਰ ਅੱਗੇ ਘੈਂਟ ਇੱਕਦਮ ये ट्रिप बहुत ही वधेगी पर साढ़े 2 नुकसान हो गए एक साडा फोन खराब हो गया वाला एक थोड़ा जहा गड्डी का नुकसान हो गया तो हुण की होया वा पहले घर जाइए घरदे की गाला खाइए फिर तुहानू भी दसांगे चलो कोई नहीं हो जाता बई यार जे घूम फिर निकले हैं तो फिर बुढ़े चुक लिए सारे भांडे मैं लेके नहीं आया चल ठीक है चल ठीक है मिलते हैं बाय बाय ਹੁਣ ਵਾਪਸ ਚਲੀ ਅੰਮ੍ਰਿਤਸਰ ਨੂੰ 1 ਘੰਟਾ ਲੱਗ ਜਾਣਾ ਹਲੇ ਅੰਮ੍ਰਿਤਸਰ ਪਹੁੰਚ ਗਿਆ 1 ਸੈਕਿੰਡ ਵੀਰ ਜੀ 1 ਸੈਕਿੰਡ ਹਾਂ ਗੱਡੀ ਪਿੱਛੇ ਲੱਗ ਗਈ ਸੋ ਗਾਇਸ ਟਾਈਮ ਹੋ ਗਿਆ ਜੀ ਰਾਤ ਦੇ 8 ਤੇ ਅੰਮ੍ਰਿਤਸਰ ਪਹੁੰਚ ਚੁੱਕੇ ਹਾਂ ਜੀ ਇਹ ਟ੍ਰਿਪ ਤੇ ਕਾਫੀ ਮਜ਼ਾ ਆਇਆ ਛੋਟੇ ਮੋਟੇ ਨੁਕਸਾਨ ਵੀ ਹੋਏ ਨੇ ਪਰ ਖੈਰ ਕੋਈ ਨਹੀਂ ਮਜ਼ਾ ਆਇਆ ਤੇ ਤੁਹਾਨੂੰ ਵੀ ਵਲੌਗ ਕਿੱਦਾਂ ਲੱਗੇ ਪਿਛਲੇ ਜੇ ਵਲੌਗ ਨਹੀਂ ਦੇਖੇ ਤੁਸੀਂ ਜਾ ਕੇ ਜ਼ਰੂਰ ਦੇਖਿਓ ਤੇ ਇਹ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਵਲੌਗ ਮੈਕਲੋ ਦੇ ਸ਼ੁਰੂ ਹੋਇਆ ਸੀ ਅਤੇ ਅੰਮ੍ਰਿਤਸਰ ਆ ਕੇ ਮੁੱਕਿਆ ਅਤੇ ਚਲੋ ਹੋਪ ਕਰਦੇ ਕਿ ਤੁਹਾਨੂੰ ਵਲੌਗ ਵਧੀਆ ਲੱਗੇ ਹੋਣਗੇ ਅਤੇ ਜੇ ਵਧੀਆ ਲੱਗੇ ਤਾਂ ਤੁਹਾਨੂੰ ਪਤਾ ਹੀ ਕੀ ਕਰਨਾ ਵਾ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਜੇ ਦਿਲ ਕਰੇ ਨਹੀਂ ਸਬਸਕ੍ਰਾਈਬ ਤਾਂ ਜ਼ਰੂਰ ਕਰਿਓ ਚਲੋ ਮਿਲਦਾ ਤੁਹਾਨੂੰ ਇਸੇ ਤਰ੍ਹਾਂ ਹੋਰ ਅਗਲੇ ਵਲੌਗਾਂ 'ਚ ਟਿਲ ਦੈਨ ਬਾਏ ਟੇਕ ਕੇਅਰ ਰੱਬ ਰੱਖਾ